ਜਤਿੰਦਰ ਸਿੰਘ ਔਲਖ ਚਸਕਾ ਮਸਕਾ ਟੀਵੀ ਤੋਂ। ਦੋਸਤੋ, ਅੱਜ ਅਸੀਂ ਜੰਗਲਾਤ ਮਹਿਕਮੇ ਦੀ ਗੱਲ ਕਰਨ ਜਾ ਰਹੇ ਹਾਂ। ਉਹ ਗੱਲ ਇਸ ਕਰਕੇ ਕਰ ਰਹੇ ਹਾਂ ਕਿ ਇੱਕ ਕੰਸਟਰਕਸ਼ਨ ਹੋ ਰਹੀ ਹੈ ਜੋ ਕਿ ਹਰਦੋ ਸ਼ਨੀਆ ਰੋਡ ਤੋਂ ਜਦੋਂ ਕਲਾਨੌਰ ਨੂੰ ਜਾਈਏ ਤਾਂ ਉਸਦੇ ਰਾਈਟ ਸਾਈਡ 'ਤੇ ਇੱਕ ਕੰਸਟਰਕਸ਼ਨ ਹੋ ਰਹੀ ਹੈ। ਸਾਨੂੰ ਕੰਸਟਰਕਸ਼ਨ ਨਾਲ ਕੋਈ ਪ੍ਰੋਬਲਮ ਨਹੀਂ, ਬਟ ਉਹ ਜੰਗਲਾਤ ਮਹਿਕਮੇ ਦੇ ਫਰੰਟ ਤੋਂ ਕਾਫੀ ਰੁੱਖ ਵੱਢ ਕੇ ਉਹਨਾਂ ਨੇ ਉੱਥੇ ਕੰਸਟਰਕਸ਼ਨ ਜਿਹੜੀ ਪਿਛਲੀ ਸਾਈਡ 'ਤੇ ਕੀਤੀ ਹੈ। ਸੋ ਜੰਗਲਾਤ ਮਹਿਕਮੇ ਦਾ ਇਹ ਫਰਜ਼ ਬਣਦਾ ਸੀ ਕਿ ਉਹ ਰੁੱਖਾਂ ਦੀ ਦੇਖਭਾਲ ਕਰਦੇ। ਸੋ ਦੋਸਤੋ, ਅਸੀਂ ਜੰਗਲਾਤ ਮਹਿਕਮੇ ਦੇ ਗਾਰਡ ਸਾਹਿਬ ਨਾਲ ਗੱਲ ਕੀਤੀ। ਜਦੋਂ ਉਹਨਾਂ ਨਾਲ ਅਸੀਂ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਬਾਰੇ ਉਹਨਾਂ ਨੂੰ ਕੋਈ ਪਤਾ ਨਹੀਂ ਹੈ, ਉਹ ਦਫ਼ਤਰ ਜਾ ਕੇ ਇਸ ਬਾਰੇ ਸਾਨੂੰ ਕੁਛ ਦੱਸਣਗੇ। ਸੋ ਦੋਸਤੋ, ਇਹ ਸਵਾਲੀਆ ਨਿਸ਼ਾਨ ਬਣਦਾ ਹੈ ਕਿ ਜਿਹੜੀ ਵਾਰਡ ਨੇ ਖੇਤਾਂ ਦੀ ਰਾਖੀ ਕਰਨੀ ਹੁੰਦੀ ਹੈ, ਉਹ ਵਾਰਡ ਹੀ ਆਪਣੇ ਖੇਤਾਂ ਦੀ ਵਧੀਆ ਤਰੀਕੇ ਨਾਲ ਜੇ ਰਾਖੀ ਨਾ ਕਰੇ ਤਾਂ ਅੱਗੇ ਕੀ ਬਣੇਗਾ। ਹੁਣ ਉਹ ਤੁਹਾਨੂੰ ਅੱਗੇ ਫੋਟੋਆਂ ਦਿਖਾਉਂਦੇ ਹਾਂ ਕਿ ਉਹਦੇ 'ਚ ਬੜੇ ਹੀ ਰੁੱਖ ਜਿਹੜੇ ਵੱਢੇ ਗਏ ਹਨ ਅਤੇ ਉਹਨਾਂ 'ਚ ਰਸਤਾ ਬਣਾਇਆ ਗਿਆ ਹੈ। ਸੋ ਦੋਸਤੋ, ਇਸ ਤਰ੍ਹਾਂ ਇਹ ਇੱਕ ਜਿਹੜੀ ਅਸੀਂ ਹਰਿਆਲੀ ਲਹਿਰ ਚਲਾਈ ਸੀ, ਰੁੱਖ ਲਾਓ ਦੇਸ਼ ਬਚਾਓ, ਬੜੇ ਤਗੜੇ ਨਾਰੇ ਲਾਏ ਸੀ, ਅਰਬਾਂ ਰੁਪਈਏ ਜਿਹੜੇ ਜੰਗਲਾਤ ਮਹਿਕਮੇ ਨੇ ਇਹਨਾਂ ਰੁੱਖਾਂ 'ਤੇ ਖਰਚ ਦਿੱਤੇ, ਅਤੇ ਸੋ ਦੋਸਤੋ ਇਹ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਬਣਦਾ ਹੈ ਕਿ ਮਹਿਕਮਾ ਸਿਰਫ ਅਤੇ ਸਿਰਫ ਮਤਲਬ ਕਿ ਨਾਰਿਆਂ ਤੱਕ ਹੀ ਸੀਮਤ ਹੈ ਜਾਂ ਇਹਨਾਂ ਰੁੱਖਾਂ ਦੀ ਦੇਖਭਾਲ ਵੀ ਕਰੇਗਾ। ਸੋ ਅੱਗੇ ਦੇਖਦੇ ਹਾਂ ਕਿ ਇਹਨਾਂ 'ਤੇ ਕਿਹੜੀ ਕਾਰਵਾਈ ਹੁੰਦੀ ਹੈ, ਅਤੇ ਸੋ ਇਹ ਵੀ ਦੇਖਿਆ ਜਾਏਗਾ ਕਿ ਇਹਨਾਂ ਨੂੰ ਜੇ ਪਰਮਿਸ਼ਨ ਦਿੱਤੀ ਗਈ ਹੈ ਤਾਂ ਕਿਸ ਮਾਪਦੰਡ 'ਤੇ ਦਿੱਤੀ ਗਈ ਹੈ। ਇਸ ਦਾ ਅਗਲਾ ਪ੍ਰਸਾਰਣ ਅਸੀਂ ਜਲਦੀ ਹੀ ਇਸ ਡਿਪਾਰਟਮੈਂਟ 'ਤੇ ਜਾ ਕੇ ਇਹਨਾਂ ਕੋਲ ਇਹਦੀ ਰਾਇ ਲੈ ਕੇ ਫਿਰ ਤੁਹਾਨੂੰ ਅੱਗੇ ਦੱਸਾਂਗੇ। ਸੋ ਦੋਸਤੋ, ਅੱਗੇ ਤੁਸੀਂ ਇਹਨਾਂ ਦੀਆਂ ਫੋਟੋਆਂ ਦੇਖੋ ਕਿ ਇਹਦੀ ਕਿਸ ਤਰ੍ਹਾਂ ਹੀ ਨਜਾਇਜ਼ ਕਟਾਈ।